ਅੱਜ ਸਾਹਿਬ ਸ੍ਰੀ ਗੁਰੂ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਦਾ ਪੁਰਬ ਜਿਹੜਾ ਆ ਉਹ ਆਰੰਭ ਹੋ ਗਿਆ। ਅੱਜ ਬਟਾਲਾ ਦੀਆਂ ਸੰਗਤਾਂ ਜਿਹੜੀਆਂ ਉਹ ਇਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆ ਰਹੀਆਂ ਆ। ਉਹ ਸ਼ਾਮ ਤੱਕ ਇੱਥੇ ਪਹੁੰਚ ਜਾਣਗੀਆਂ ਸਾਰੀਆਂ ਸੰਗਤਾਂ, ਅਤੇ ਸਵੇਰ ਨੂੰ ਕੱਲ੍ਹ ਮਿਤੀ 9 ਸਤੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸਵੇਰੇ 7 ਵਜੇ ਨਗਰ ਕੀਰਤਨ ਪ੍ਰਾਰੰਭ ਹੋਣਗੇ, ਅਤੇ ਉਹ ਤਲਵੰਡੀ ਚੌਧਰੀਆਂ, ਫੱਤੂ ਢੀਂਗਾ, ਢਿਲਵਾਂ, ਬਾਬਾ ਬਕਾਲਾ, ਮਹਿਤਾ ਚੌਂਕ ਹੁੰਦੇ ਹੋਏ ਬਟਾਲੇ ਜਾ ਕੇ ਨਗਰ ਕੀਰਤਨ ਸ਼ਾਮ ਨੂੰ ਸੰਪੂਰਨ ਹੋਣਗੇ। ਸੋ ਸੰਗਤਾਂ ਵਿੱਚ ਬੜਾ ਉਤਸ਼ਾਹ ਆ, ਅਤੇ ਸਾਰੇ ਗੁਰਧਾਮਾਂ ਦੀ ਜਿਹੜੀ ਸਜਾਵਟ ਆ ਵੱਖ ਵੱਖ ਤਰ੍ਹਾਂ ਦੇ ਫੁੱਲ ਲਗਾ ਕੇ ਬੜੇ ਨੌਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਕੀਤੀ ਹੈ। ਅਤੇ ਜਦੋਂ ਤੁਸੀਂ ਅੰਦਰ ਆਪਾਂ ਸੰਗਤਾਂ ਜਾ ਕੇ ਦਰਸ਼ਨ ਕਰਨ ਜਾਂਦੀਆਂ ਦਰਬਾਰ ਦੇ ਅੰਦਰ, ਅਤੇ ਬਹੁਤ ਹੀ ਮਨ ਗਦਗਦ ਹੋ ਜਾਂਦਾ ਸਜਾਵਟਾਂ ਨੂੰ ਦੇਖ ਕੇ। ਔਰ ਡੈਕੋਰੇਸ਼ਨ ਜਿਹੜੀ ਆ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਨੌਜਵਾਨਾਂ ਵੱਲੋਂ ਕੀਤੀ ਗਈ ਹੈ, ਅਤੇ ਉਹਨਾਂ ਦਾ ਵੀ ਬੜਾ ਧੰਨਵਾਦ ਆ। ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਵਾਸਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਆ, ਜਿੱਦਾਂ ਰਿਹਾਇਸ਼ ਦਾ ਅਤੇ ਲੰਗਰਾਂ ਦਾ, ਅਤੇ ਨਗਰ ਕੀਰਤਨ ਵਾਸਤੇ ਵੀ ਰਸਤੇ ਵਿੱਚ ਜਿਹੜੀਆਂ ਸੰਗਤਾਂ ਨੇ ਨਗਰ ਕੀਰਤਨ ਦੇ ਨਾਲ ਜਾਣਾ ਹੈ ਉਹ ਵੀ ਵੱਖ ਵੱਖ ਪੜਾਵਾਂ 'ਤੇ ਸੰਗਤਾਂ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ, ਜਲ ਦੇ, ਠੰਡੇ ਕੋਲਡ ਡਰਿੰਕਾਂ ਦੇ, ਬਾਕੀ ਚਾਹ ਪਕੌੜੇ, ਜਲੇਬੀਆਂ ਦੇ ਲੰਗਰ, ਬਾਕੀ ਹਰ ਤਰ੍ਹਾਂ ਦੇ ਲੰਗਰ, ਜਿਹੜੇ ਫਰੂਟ ਦੇ ਲੰਗਰ, ਇਹ ਸਾਰੇ ਰਸਤੇ ਵਿੱਚ ਸੰਗਤਾਂ ਦੇ ਛਕਾਉਣ ਵਾਸਤੇ ਵੱਖ ਵੱਖ ਜਥੇਬੰਦੀਆਂ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ। ਸੋ ਸਾਰੀਆਂ ਸੰਗਤਾਂ ਰਲ ਮਿਲ ਕੇ ਗੁਰਧਾਮਾਂ ਵਿੱਚ ਨਤਮਸਤਕ ਹੋ ਕੇ ਨਗਰ ਕੀਰਤਨ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਵਡਭਾਗਾ ਬਣਾਉਣਗੀਆਂ। ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਇਹ ਪਾਵਨ ਪਵਿੱਤਰ ਅਸਥਾਨ ਹੈ ਗੁਰਦੁਆਰਾ ਬੇਰ ਸਾਹਿਬ, ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣੇ ਆਇਆ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਨਿਰੰਕਾਰ ਜੀ ਦਾ ਸਰਗੁਣ ਸਰੂਪ, ਜਿਨ੍ਹਾਂ ਦਾ ਵਿਆਹ ਗੁਰਪੁਰਬ ਆਪਾਂ ਹਰ ਸਾਲ ਹੀ ਗੁਰਦੁਆਰਾ ਬੇਰ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਕਰਕੇ ਜਿਵੇਂ ਸਤਿਗੁਰੂ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਨਗਰ ਵਿੱਚ ਗਈ ਸੀ, ਉਸ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ, ਉਸ ਦਿਨ ਨੂੰ ਮਨਾਉਂਦਿਆਂ ਹੋਇਆ, ਉਸ ਗੁਰਪੁਰਬ ਨੂੰ ਮਨਾਉਂਦਿਆਂ ਹੋਇਆ ਇਲਾਕੇ ਦੀਆਂ ਸੰਗਤਾਂ ਸਮੂਹ ਨਾਨਕ ਨਾਮ ਲੇਵਾ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਚੱਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਵਿੱਚ ਸ਼ਾਮਿਲ ਹੁੰਦੀਆਂ ਹਨ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਨੂੰ ਮੁੱਖ ਰੱਖਦਿਆਂ ਫੁੱਲਾਂ ਦੀ ਸਜਾਵਟ, ਪਾਲਕੀ ਦੀ ਤਿਆਰੀ ਹੋ ਰਹੀ ਹੈ, ਹੋਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ, ਮਠਿਆਈਆਂ ਦੇ ਲੰਗਰ ਲੱਗ ਰਹੇ ਹਨ, ਵੱਖ ਵੱਖ ਨਗਰਾਂ ਵਿੱਚੋਂ ਕਈ ਤਰ੍ਹਾਂ ਦੇ ਸੁੰਦਰ ਪਕਵਾਨ ਪਕਾ ਕੇ ਮਠਿਆਈਆਂ ਦੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ
ਅਰਪਣ ਕਰਕੇ ਵਰਤਾਏ ਜਾ ਰਹੇ ਹਨ। ਕੱਲ੍ਹ 9 ਤਰੀਕ ਨੂੰ ਸਵੇਰੇ 7 ਵਜੇ ਸਤਿਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਦਾ ਜੋ ਨਗਰ ਕੀਰਤਨ ਹੈ ਉਸ ਦੀ ਅਰਦਾਸ ਹੋਵੇਗੀ। ਅਰਦਾਸ ਤੋਂ ਬਾਅਦ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਤਿਆਰੀਆਂ ਸਾਰੀਆਂ ਮੁਕੰਮਲ ਹਨ। ਬਹੁਤ ਉਤਸ਼ਾਹ ਹੈ ਸੰਗਤਾਂ ਵਿੱਚ। ਜੋ ਰਸਤੇ ਵਿੱਚ ਪੜਾਅ ਹਨ ਉਹਨਾਂ ਪੜਾਵਾਂ ਦੇ ਉੱਤੇ ਜਿਹੜੀਆਂ ਸੰਗਤਾਂ ਮਠਿਆਈ ਦੇ ਲੰਗਰ, ਪ੍ਰਸ਼ਾਦਿਆਂ ਦੇ ਲੰਗਰ, ਚਾਹ ਦੇ ਲੰਗਰ, ਠੰਡਿਆਂ ਦੇ ਲੰਗਰ ਆਦਿਕ ਲਾਉਂਦੇ ਹਨ ਉਹ ਵੀ ਪੂਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ। ਵੱਖ ਵੱਖ ਥਾਵਾਂ ਤੋਂ ਫੋਨ ਪੁੱਜ ਰਹੇ ਹਨ ਕਿ ਅਸੀਂ ਪੂਰੀਆਂ ਤਿਆਰੀਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੀ ਅਡੀਕ ਕਰ ਰਹੇ ਹਾਂ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੋ ਵਿਆਹ ਗੁਰਪੁਰਬ ਹੈ ਇਸ ਦੀਆਂ ਮੈਂ ਸਰਬੱਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ। ਇਸ ਵਿਆਹ ਗੁਰਪੁਰਬ ਨੂੰ ਮੁੱਖ ਰੱਖ ਕੇ ਸਾਡੇ ਵਿੱਚ ਜਥੇਦਾਰ ਗੁਰਮੀਤ ਸਿੰਘ ਜੀ ਬੂਹ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਪਹੁੰਚ ਚੁੱਕੇ ਹਨ। ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਜੀ ਵਿਸ਼ੇਸ਼ ਤਿਆਰੀਆਂ ਦਾ ਪ੍ਰਬੰਧ ਕਰ ਰਹੇ ਹਨ। ਸਾਡੇ ਸਾਬਕਾ ਸਕੱਤਰ ਸਰਦਾਰ ਚਾਨਣ ਸਿੰਘ ਜੀ ਦੀਪੇਵਾਲ ਉਹ ਵੀ ਸੇਵਾਵਾਂ ਦੇ ਵਿੱਚ ਜੁਟੇ ਹੋਏ ਹਨ। SDM ਸੁਲਤਾਨਪੁਰ ਲੋਧੀ, DSP ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਪ ਜਿਹੜਾ ਹੈ ਉਹ ਦੌਰਾ ਕਰ ਰਹੇ ਹਨ। ਬਹੁਤ ਸੰਗਤਾਂ ਵਿੱਚ ਉਤਸ਼ਾਹ ਹੈ ਅਤੇ ਤਿਆਰੀਆਂ ਸਾਰੀਆਂ ਮੁਕੰਮਲ ਹਨ।